ਚਚੂ ਸਾਹਿਬ ਤੁਹਾਨੂੰ ਯਾਦ ਹੋਏਗਾ ਤੁਹਾਨੂੰ ਐਪਲ ਪਾਈ ਖਵਾਈ ਸੀ। ਹਾਂਜੀ ਐਪਲ ਪਾਈ ਦੇ ਆਪੇ ਖਾਈ ਮਜ਼ਾ ਆਇਆ ਖਾਣ ਨਾਲ। ਅੱਜ ਤੁਹਾਨੂੰ ਖਵਾਉਣਾ ਹੈ ਲੈਮਨ ਟਾਰਟ। ਲੈਮਨ ਟਾਰਟ ਐਪਲ ਪਾਈ ਦੇ ਭਰਾ ਹੈ। ਵਾਲਨਟ ਟਾਰਟ ਟਾਰਟ ਸਾਡੇ ਦੇ ਜਿਹੜੇ ਬਚਪਨ ਦੇ ਸਕੂਲ 'ਚ ਅਸੀਂ ਪੜ੍ਹੇ ਹਾਂ ਨਾ ਉੱਥੇ ਟਾਰਟ ਹੁੰਦਾ ਸੀ, ਬੋਰੀ ਨੂੰ ਅਸੀਂ ਕਹਿੰਦੇ ਟਾਰਟ। ਬੋਰੀ ਖੋਲ੍ਹ ਕੇ ਉਹਦਾ ਟਾਰਟ ਬਣ ਜਾਂਦਾ, ਜਿੱਧਰ ਦੀ ਧੁੱਪ ਹੁੰਦੀ ਉੱਧਰ ਨੂੰ ਸਕੂਲ ਖਿੱਚਿਆ ਜਾਂਦਾ ਸਾਰਾ। ਟਾਲੀ ਦੇ ਥੱਲੇ ਬਹਿ ਕੇ ਅਸੀਂ ਪੜ੍ਹੇ ਹਾਂ, ਉਹਨੂੰ ਅਸੀਂ ਟਾਰਟ ਕਹਿੰਦੇ ਹਾਂ ਅਤੇ ਇੰਗਲਿਸ਼ ਟਾਰਟ ਕਿਵੇਂ ਕਹਿੰਦੇ ਨੇ? ਟਾਰਟ ਕੇ ਟੈਟ ਟਾਰਟ ਟਾਰਟ ਠੀਕ ਹੈ ਜੀ। ਲੈਮਨ ਟਾਰਟ ਲੈਮਨ ਦਾ ਤਾਂ ਸਮਝ ਗਿਆ ਕਿ ਲੈਮਨ ਦਾ ਜ਼ਾਇਕਾ। ਵਾਲਨਟ ਟਾਰਟ ਕੀ ਮਤਲਬ ਹੋਇਆ? ਅਖਰੋਟ ਦਾ ਸਾਹਿਬ। ਅੱਛਾ ਅਖਰੋਟ ਨੂੰ ਕਹਿੰਦੇ, ਪਤਾ ਲੱਗ ਗਿਆ ਸਾਨੂੰ ਕਿ ਪਤਾ ਸੀ ਤਾਂ ਅਖਰੋਟ ਹੀ ਕਹਿੰਦੇ। ਲਿਆਓ ਫਿਰ ਖਵਾਓ। ਕਿਆ ਬਾਤ ਹੈ ਜੀ, ਇਹ ਤਾਂ ਖੂਬ ਪੇਸਟਰੀਆਂ ਬਣੀਆਂ ਹੈ ਜੀ, ਇਹ ਮਨ ਤਾਂ ਮੀਆਂ ਵੀ ਵੀ ਲੱਗਦੇ ਜੀ। ਅੱਛਾ ਜੀ, ਇਹ ਮੈਨੂੰ ਲੱਗ ਰਹੀ ਹੈ ਲੈਮਨ, ਇਹ ਲੱਗ ਰਹੀ ਅਖਰੋਟ ਵਾਲੀ। ਅਤੇ ਮਿੱਠੀਆਂ ਨੇ ਅਤੇ ਖੱਟੀਆਂ ਨੇ? ਮੇਰਾ ਖਿਆਲ ਹੈ ਕਿ ਲੈਮਨ ਇਹ ਹੈ। ਅੱਛਾ ਜੀ, ਇਹ ਹੈਗਾ ਟਾਰਟ, ਇੱਕ ਟਾਰਟ ਇੱਕ ਟਾਈਟ। ਮੈਂ ਤੁਸੀਂ ਨਹੀਂ ਖਾਧੀ, ਖਾ ਲਓ ਫਿਰ। ਉਹ ਨਹੀਂ ਹੁੰਦੀ ਉਹ ਭੰਗ ਰਗੜਨ ਵਾਲੀ ਪੌਂਡੀ, ਡਮ ਡਮਾ ਡਮ ਡਮ ਡਮਾ ਡਮ ਵਾਲੀ ਰਗੜਾ ਲਾ ਕੇ। ਅੱਜ ਤੁਸੀਂ ਮੇਰੇ ਦੰਦਾਂ ਦਾ ਧਿਆਨ ਲੈ ਰਹੇ ਹੋ। ਇਹ ਹੈਗੀ ਸਰ ਲੈਮਨ ਵਾਲੀ। ਅਜੀਬ ਜ਼ਾਇਕਾ ਯਾਰ ਇਹਦਾ। ਤੇ ਇਹ ਤੇ ਉੱਤੇ ਹੀ ਲੱਗਦਾ ਜਿਸ ਤਰ੍ਹਾਂ ਵੈਸਲੀਨ ਲਾਈ ਨੇ। ਇਹ ਉਹ ਲੈਮਨ ਵਾਲਾ ਹੋਣਾ, ਇਹ ਹੁਣ ਲਾ ਕੇ ਤੇ ਹੱਥਾਂ ਤੇ ਮਲਣੀ ਹੈ ਜਾਂ ਖਾਣੀ ਹੈ ਜੀ? ਇਹ ਬਣਿਆ ਬਿਸਕੁਟ, ਇਹ ਚੀਨੀ ਮੈਦਾ ਘਿਓ ਵਗੈਰਾ ਮਿਕਸ ਕਰਕੇ ਅਤੇ ਜਿਹੜਾ ਸੌਸ ਪਾਇਆ ਟਾਰਟ ਹੈਗਾ ਮੈਂਗੋ ਕਲਰ, ਜੈਕਾ ਆ ਰਿਹਾ ਅੰਬ ਦਾ ਹੈ, ਬਿਲਕੁਲ ਨਰਮ ਜਿਹਾ ਅੱਛਾ ਟੇਸਟ ਹੈ, ਨਰਮ ਜਿਹਾ ਹੈਗਾ। ਬਾਕੀ ਲੈਮਨ ਹੈਗਾ ਖੱਟਾ, ਖਾ ਕੇ ਵੀ ਨਹੀਂ ਲੈਣਾ, ਮੈਨੂੰ ਤਾਂ ਮਜ਼ਾ ਨਹੀਂ ਆ ਰਿਹਾ। ਜਿਸ ਤਰ੍ਹਾਂ ਜਾਮ ਮਿਲਦਾ ਬਾਜ਼ਾਰਾਂ ਦੇ ਵਿੱਚ, ਉਹਨੂੰ ਲਿਆ ਕੇ ਟੋਸਟ ਉੱਤੇ ਲਗਾਉਂਦੇ ਆ, ਉਹ ਖਾਂਦੇ ਉਹੋ ਜਿਹਾ ਜ਼ਾਇਕਾ ਹੈ। ਚੰਗਾ ਕੀਤਾ ਮੈਂ ਪਹਿਲਾਂ ਖੱਟਾ ਖਾ ਲਿਆ, ਉਹ ਤਾਂ ਮਿੱਠਾ ਹੀ ਹੋਏਗਾ, ਮੈਨੂੰ ਮੇਜ਼ ਫੜੀ ਹੈ ਉਸ 'ਤੇ। ਐਂ ਟਰਾਈ ਕਰਦੇ ਹਾਂ। ਅੱਛਾ ਜੀ, ਹੈਗਾ ਜਲ ਪੀਨੂ। ਅੱਛਾ ਵਾਲਨਟ, ਮੈਂ ਕਹਿ ਰਿਹਾ ਜਲ ਪੀਨੂ, ਚੱਕੀ ਮਾਰੀ ਹੈ ਜੀ। ਬੜੀ ਅੱਛੀ ਚੀਜ਼ ਬਣਾਈ, ਇਹ ਵੀ ਜਾਇਕਾ ਚੈੱਕ ਕਰ ਲਓ। ਅਖਰੋਟ ਕੀ ਕਹਿੰਦੇ? ਵਾਲਨਟ ਟਾਰਟ। ਵਾਲਨਟ ਟਾਰਟ ਇਹ ਤਾਂ ਕਿਸੇ ਅੰਗਰੇਜ਼ ਦਾ ਨਾਂ ਹੈ, ਆਲਨਟ ਵਾਲਨਟ। ਆਹ ਕਿਆ ਮਜ਼ੇਦਾਰ ਚੀਜ਼ ਬਣੀ ਹੈ, ਇਹ ਬੜਾ ਮਜ਼ੇਦਾਰ ਹੈ, ਯਕੀਨ ਕਰੋ। ਇਹਨੂੰ ਤਾਂ ਖੱਟਾ ਕਰਦਾ ਲੇਕਿਨ ਇਹਦੇ ਕਵਰ ਕਰ ਰਿਹਾ, ਮਜ਼ਾ ਆ ਰਿਹਾ ਖਾਣ ਲੈਣ। ਇਹ ਤਾਂ ਭਾਈ ਹਰੀ ਹਵਾਦਾਰ ਹੀ ਨੇ, ਉਹਦੇ ਨਾਲ ਦੇਖਦੇ ਹਾਂ ਜੀ। ਜਿਹਨੇ ਵੀ ਬਣਾਇਆ ਥੱਲੇ ਉਹਨੇ ਖਜੂਰ ਰੱਖਤੀ,
ਉੱਤੇ ਅਖਰੋਟ ਦਾ ਬਣਾ ਕੇ ਨਾ ਹਲਵਾ ਉੱਤੇ ਲਗਾ ਦਿੱਤਾ ਬਰਾਊਨ ਜਿਹਾ ਕਰਕੇ ਅਤੇ ਉਹਦੇ ਨਟਸ ਸੁਰਜ ਦਿੱਤੇ ਛੋਟੇ ਛੋਟੇ ਲਾ ਕੇ ਖੂਬਸੂਰਤੀ ਲੱਗੇ ਬੜਾ ਦੋਵੇਂ ਚੀਜ਼ਾਂ ਬੜੀਆਂ ਤਾਕਤਵਰ ਨੇ ਅਖਰੋਟ ਅਤੇ ਖਜੂਰ ਦਾ ਤਾਂ ਜੋੜੀ ਕੋਈ ਨਹੀਂ ਸਰ ਇਹ ਨਾਲ ਇਹ ਅੱਛਾ ਹੈਗਾ ਇਹ ਤਾਂ ਖੱਟਾ ਹੈਗਾ ਜਨਾਬ ਇਹ ਵੀ ਹੈਗਾ ਇਹ ਜੀ ਚੀਜ਼ ਨਾ ਇਹ ਜ਼ਾਕੇ ਦੀ ਪਹਿਲੋਂ ਖਾਧੀ ਹੈ ਨਾ ਖਾਧੀ ਲੈਮਨ ਲੇਕਿਨ ਮਜ਼ਾ ਇਹਦੇ 'ਚ ਹੈਗਾ ਬਹੁਤ ਲੈਮਨ 'ਚ ਨਹੀਂ ਹੈਗਾ ਇਹਦਾ ਬਹੁਤੇ ਮਜ਼ਾ ਲਓ ਹੁਣ ਮਜ਼ਾ ਆਇਆ ਜੀ ਯਾਦ ਰੱਖਣਾ ਜਦੋਂ ਤੁਸੀਂ ਇਹੋ ਜਿਹੀ ਚੀਜ਼ ਖਾਣੀ ਨਾ ਨਾਲ ਇਹੋ ਜਿਹਾ ਹੋਵੇ ਘੁੜੁੰਮ ਕਰ ਲਓ ਉਹਨੂੰ ਫਿਰ ਮਜ਼ਾ ਆਏਗਾ ਜੀ ਸਹੀ ਖਾਸ ਤੌਰ 'ਤੇ ਸਰਦੀਆਂ ਦੇ ਵਿੱਚ ਕਹਿੰਦੇ ਖੁਸ਼ਕ ਮੇਵਾ ਤਾਂ ਇੱਕ ਇਨਸਾਨ ਦੀ ਮਤਲਬ ਕਿ ਸਮਝੋ ਕਿ ਲਾਈਫ ਦਾ ਹਿੱਸਾ ਹੈ ਇੰਪੋਰਟੈਂਟ ਹਿੱਸਾ ਜਿਹਨੂੰ ਕਹਿੰਦੇ ਨੇ ਖਾਸ ਮਹਿਮਾਨੇ ਖਸੂਸੀ ਉਹ ਹੈਗਾ ਜੀ ਬਾਕੀ ਇਹਦੇ 'ਚ ਖੰਘ ਖੁੰਘ ਦਾ ਕੋਈ ਫਾਇਦਾ ਨਹੀਂ ਜੀ ਕਿਤੇ ਕਹੋ ਸਿਹਤ ਲਈ ਵੀ ਮੈਨੂੰ ਕੋਈ ਠੀਕ ਨਹੀਂ ਲੱਗਦਾ ਵੈਸੇ ਤੁਸੀਂ ਅਗਰ ਕਿਸੇ ਦੇ ਘਰ ਗਏ ਤਾਂ ਮਿੱਠਾ ਲੈ ਕੇ ਜਾਓ ਲਾਜ਼ਮ ਕੋਈ ਮਹਿਮਾਨ ਕੋਈ ਗਿਫਟ ਕੋਈ ਕੇਕ ਕੋਈ ਮਿਠਿਆਈ ਕੋਈ ਇਹੋ ਜਿਹੀਆਂ ਮਿੱਠੀਆਂ ਚੀਜ਼ਾਂ ਅਤੇ ਅਗਲੇ ਵੀ ਖੁਸ਼ ਹੋ ਜਾਂਦੇ ਕਿ ਮਿੱਠਾ ਲੈ ਕੇ ਇਹਨਾਂ ਅੱਲਾਹ ਤਾਲਾ ਵੀ ਖੁਸ਼ ਹੋ ਜਾਂਦਾ ਲੇਕਿਨ ਬੜੀ ਮਜ਼ੇਦਾਰ ਚੀਜ਼ਾਂ ਨੇ ਮਜ਼ਾ ਆਇਆ ਖਾਣ ਦਾ ਉਹਦੇ ਨਾਲ ਲਓ ਇਹ ਚਟਨੀ ਯਕੀਨ ਕਰੋ ਕੀ ਸੁਹਾਣਾ ਕੰਮ ਹੋ ਗਿਆ ਇਹ ਤਾਂ ਦਿਲ ਬਹਿਲਾਉਣ ਵਾਲੇ ਨੂੰ ਇੱਕ ਮਹਿਮਾਨ ਆਇਆ ਹੁੰਦਾ ਘਰ ਵਿੱਚ ਉਹਨੂੰ ਖਾਣਾ ਪੇਸ਼ ਕਰਦੇ ਹਾਂ ਅਸੀਂ ਖਾਣਾ ਖਾ ਲੈਂਦਾ ਫਿਰ ਅਸੀਂ ਕਹਿੰਦੇ ਯਾਰ ਇਹਦੇ ਵਾਸਤੇ ਜਾਂ ਕਾਫੀ ਬਣਾਈਏ ਜਾਂ ਚਾਹ ਬਣਾਈਏ ਫਿਰ ਉਹਦੇ ਨਾਲ ਇਹਨੂੰ ਪਲੇਟਾਂ ਦੇ ਵਿੱਚ ਰੱਖ ਕੇ ਦਿੱਤਾ ਜਾਂਦਾ ਤਾਂ ਕਿ ਮਹਿਮਾਨ ਦੀ ਹੋਰ ਹੌਸਲਾ ਅਫਜ਼ਾਈ ਹੋਏ ਕਿ ਯਾਰ ਇੰਨੀ ਖਿਦਮਤ ਕਰ ਰਹੇ ਨੇ ਮੇਰੀ ਮੈਂ ਕਹਿੰਦਾ ਜਨਾਬ ਕੀ ਆਹ ਬਾਤ ਹੈ ਜਿਵੇਂ ਠੰਡ ਛੰਡ ਨਾਲ ਚਾਹ ਦਾ ਪਿਆ ਹੋਵੇ ਤਾਂ ਮੌਸ ਨਾਲ ਪੇਸਟੀਆਂ ਬੰਦਾ ਖਾਈ ਫਿਰ ਸਾਰਾ ਦਿਨ ਪਤਾ ਹੀ ਨਹੀਂ ਲੱਗਦਾ ਕਿ ਦਿਨ ਗਿਆ ਕਿਤੇ ਅਤੇ ਬਾਕੀ ਇਹਨਾਂ ਚੀਜ਼ਾਂ ਨਾਲ ਖੰਘ ਖੁੰਘ ਨਹੀਂ ਸਹੀ ਹੋ ਸਕਦੀ ਜੀ ਲੱਗ ਜ਼ਰੂਰ ਸਕਦੀ ਹੈ ਕਿਉਂਕਿ ਇਹ ਜਿਹੜਾ ਹੈਗਾ ਨਾ ਇਹ ਭਾਈ ਹਰੀ ਇਹਦੇ ਉੱਤੋਂ ਤੁਸੀਂ ਪਾਣੀ ਪੀ ਲਿਆ ਠੰਡਾ ਕੋਈ ਠੰਡੀ ਚੀਜ਼ ਖਾ ਲਈ ਤਾਂ ਖੰਘ ਲੱਗ ਗਈ ਗਲਾ ਇੰਝ ਘੜੁੱਚ ਫੜਿਆ ਗਿਆ ਸਮਝ ਲੱਗ ਗਈ ਜੀ ਸਿਰਫ ਸਹੀ ਗੱਲ ਹੈ ਇਹਦੇ ਨੇ ਮੈਂ ਇਹ ਤਾਂ ਖੱਟਾ ਹੀ ਹੈਗਾ ਲੇਕਿਨ ਸਭ ਨਾਲ ਇਹ ਬਹੁਤ ਅੱਛਾ ਲੱਗਾ VIP ਲੱਗਾ ਸਰ ਕਿਉਂਕਿ ਇਹਦੇ ਬੜੇ ਬਦਾਮ ਸ਼ਦਾਮ ਦੇ ਖਜੂਰ ਵਗੈਰਾ ਪਾਈ ਬੜੀ VIP ਸਰ ਲੱਗਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਦੋਸਤਾਂ ਨੂੰ ਸ਼ੇਅਰ ਕਰੋ ਇੱਕ ਵਾਰੀ ਫੇਰ ਕਰੋ ਅਤੇ ਸਾਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼